ਜਤਿੰਦਰ ਸਿੰਘ ਖਾਨ ਦੀ ਪੁਸਤਕ ਪਾਵੇ ਨਾਲ ਬੰਨਿਆ ਕਾਲ ਦੀ ਕਹਾਣੀ ਛਿੱਟ ਕੁ ਕਹਾਣੀ ਬਾਈ ਸਾਹਿਬ ਇਹ ਨਾ ਸਮਝਿਓ ਮੈਂ दारू ਦੀ ਘੁੱਟ ਤੇ ਮਰ ਜਾਣ ਵਾਲਾ ਟੋਹਾ ਬੰਦਾ ਮੈਂ ਤਾਂ ਘੈਂਟ ਜੱਟਾਂ ਇਸ ઠાਬੇ ਤੋਂ ਮੇਰੀਓ दारू ਚੱਲਦੀ ਐ दारू ਮੈਂ ਫੰਨੇ ਬਣਾਉਣਾ ਅੱਗ ਐ ਲੱਗਦੀ ਐ ਜਿਵੇਂ ਪੈਟਰੋਲ ਨੂੰ ਪੰਜਾਬੀ ਬਾਈਆਂ ਨੂੰ ਤਾਂ ਮੈਂ ਲੰਗਰ ਲਾਈ ਰੱਖਦਾ ਇੱਥੇ ਅੱਜ ਵੀ ਮੇਰੀਓ दारू ਚੱਲਣੀ ਸੀ ਪਰ ਹੁਣ ਥੋੜੇ ਚਿਰ ਤੋਂ ਬਾਜੀ ਪੁੱਠੀ ਪਈ ਹੋਈ ਆ ਸਾਰੀ ਦੁਨੀਆ ਮੂੰਹ ਮੋੜ ਗਈ ਬਸ ਜੀ ਹੁਣ ਤਾਂ ਰस्सियां ਦੇ ਸੱਪ ਬਣ ਬਣ ਬੈਠੀ ਜਾਂਦੇ ਐ ਮੈਘਲ ਗੰਜ ਵਾਲੇ ਥਾਣੇ ਦਾ ਦਰੋਗਾ ਜਦੋਂ ਮੈਂ ਹੱਥ ਛਾੜਦਾ ਸੀ ਤਾਂ ਕੁੱਤੇ ਵਾਂਗੂ ਪੂਛ ਲਾਉਂਦਾ ਸੀ ਹੁਣ ਉਹ ਰੱਸੀ ਵੀ ਸੱਪ ਬਣੀ ਬੈਠੀ ਐ ਸਾਬ ਯੂਪੀ ਬੜੀ ਕਸੂਤੀ ਐ ਉਹ ਪਰੇ ਬੈਠਾ ਜਿਹੜਾ ਡਰਾਈਵਰ दारू ਪੀਂਦਾ ਮੈਂ ਉਹਦੇ ਕੋਲ ਚੱਲਿਆ ਗਿਆ ਬਈ ਦੇਸ਼ ਤੋਂ ਆਇਆ ਦੇਸ਼ ਦਾ ਹਾਲਚਲ ਪੁੱਛ ਲਵਾਂ ਉਹ ਮੈਨੂੰ ਪੁੱਠਾ ਬੋਲਿਆ ਕਹਿੰਦਾ ਜਾ ਓਏ ਟੁੱੱਚਿਆ दारू ਦੇਖ ਕੇ ਲਾਲਾਂ ਸਿੱਟੀ ਜਾਣਾ ਫੜ ਲੈਣਾ ਸੀ ਗੁਲਾਮੇ ਤੋਂ ਨਾ ਜੀ ਆਪਾਂ ਨਹੀਂ ਗੁੱਸਾ ਕਰਦੇ ਜਿਹੜਾ ਮੰਦਾ ਬੋਲੂ ਆਪੇ ਉਹਦਾ ਮੂੰਹ ਗੰਦਾ ਹੋ ਬਈ ਸਾਹਿਬ ਮੈਂ ਕੋਈ ਮਲੰਗ ਨਹੀਂ ਨਾ ਹੀ दारू ਦੀ ਘੁੱਟ ਤੇ ਮਰ ਜਾਣ ਵਾਲਾ ਪੜਪੂਗਾ ਮੈਂ ਤਾਂ 10000 ਰੁਪਏ ਉਹੀ ਫੂਕਦਾ ਇੱਕ ਜਨਾਨੀ ਤੇ ਰਹੀ ਉਹ ਮੇਰੇ ਕੋਲ 10 ਕਰਾਤਾ ਉਹ ਮੈਂ ਦੁਨੀਆ ਨੂੰ ਕਹਿਣ ਜੋਗਾ ਹੋ ਗਿਆ ਵੀ ਮੇਰੇ ਵੀ ਜਨਾਨੀ ਸੀਗੀ ਫਿਰ ਤਾਂ 1000 ਰੁਪਏ ਚੇਕ ਰਾਤ ਪੈਗੀ ਥੋੜੀ ਗੱਲ ਠੀਕ ਆ 1000 ਰੁਪਏ ਚ ਰਾਤ ਪੈ ਗਈ ਉਹ 1000 ਚ ਵੀ ਕਾਦੀ ਪੈ ਗਈ ਜਦ ਤੁਹਾਨੂੰ ਅਸਲੀ ਗੱਲ ਦਾ ਪਤਾ ਲੱਗੂ ਤੁਸੀਂ ਕਹਿਣਾ ਸੁਖਿਆ ਤੂੰ ਤਾਂ ਜਮਾਂ ਹੀ ਲੁੱਟਿਆ ਗਿਆ ਪਹਿਲਾਂ ਐਂ ਦੱਸੋ ਜਿਹੜਾ ਬੰਦਾ 1000 ਰੁਪਈਆ ਇੱਕ ਰਾਤ ਦੇ ਫੂਕ ਸਕਦਾ ਉਹ ਟੁੱੱਚਾ ਬੰਦਾ ਹੋ ਸਕਦਾ ਨਾ ਬਿਲਕੁਲ ਨਹੀਂ ਉਹ ਢਾਬੇ ਦੀ ਕੰਧ ਤੇ ਦੇਖਦੇ ਹਾਂ ਫਿਲਮਾਂ 'ਚ ਕੰਮ ਕਰਨ ਵਾਲੀ ਜਨਾਨੀ ਦੀ ਫੋਟੋ ਉਹ ਤਾਂ ਜੀ ਮੇਰੀ ਜਨਾਨੀ ਸਾਹਮਣੇ ਕੁਝ ਵੀ ਨਹੀਂ ਭਾਈ ਸਾਹਿਬ ਆਪਾਂ ਝੂਠ ਨਹੀਂ ਬੋਲਦੇ ਗਾਂਜਾ ਵੀ ਪੀਤਾ ਹੋਇਆ ਦਾਰੂ ਤੁਸੀਂ ਆਪ ਲਾਈ ਆ ਤਾਂ ਵੀ ਬਿਲਕੁਲ ਸੋਫੀਆਂ ਪਰ ਮੇਰੀ ਜਨਾਨੀ ਇੰਨੀ ਸੋਹਣੀ ਸੀ ਉਹਨੂੰ ਦੇਖ ਕੇ ਹੀ ਨਸ਼ਾ ਹੋ ਜਾਂਦਾ ਸੀ ਅੱਛਾ ਜੀ ਤੇ ਮੈਂ 10000 ਰੁਪਇਆ phੂਕਿਆ ਉਹ ਮੇਰੀਓ ਜਨਾਨੀ ਸੀ ਬੇੜਾ ਬਹਿ ਗਿਆ ਲੋਕਾਂ ਦੀਆਂ ਪੱਥਰ ਪਾੜ ਨਜ਼ਰਾਂ ਦਾ ਨਾਲੇ ਬੀਬੀ ਦਾ ਤੁਸੀਂ ਉਹ ਗੱਲ ਸੁਣੀ ਆ ਸਪਨੀ ਆਪਣੇ ਬੱਚੇ ਆਪ ਹੀ ਖਾ ਜਾਂਦੀ ਐ ਮੈਂ ਤਾਂ ਜੀ ਖਾਂਦੀ ਦੇਖੀ ਆ ਓਏ ਕਾਕਾ ਪਾਣੀ ਭਲਾਈ ਨਾ ਜੀ ਨਾ ਤੁਸੀਂ ਮੁੰਡੂ ਨੂੰ ਹਾਕ ਨਾ ਮਾਰੋ ਪਾਣੀ ਮੈਂ ਲੈ ਕੇ ਆਉਣਾ ਬਰਫ ਪਵਾ ਕੇ ਤੁਸੀਂ ਹੈਗੇ ਸਾਡੇ ਮਹਿਮਾਨ ਮੈਂ ਕਰਨੀਆਂ ਤੁਹਾਡੀ ਸੇਵਾ ਹੋਰ ਇਹਨਾਂ ਭਈਆਂ ਦੀ ਸੇਵਾ ਕਰਨੀ ਆ ਆ ਲਓ ਸਲਾਦ ਨਾਲੇ ਬਰਫ ਵਾਲਾ ਪਾਣੀ ਇਹ ਟਾਬੇ ਵਾਲੇ ਤਾਂ ਆਪਾਂ ਨੂੰ ਪਿਉ ਆ ਵਾਂਗ ਮੰਨਦੇ ਆ ਜਦੋਂ ਕੋਈ ਪੰਜਾਬੀ ਮਿਲੇ ਤਾਂ ਮੈਨੂੰ ਚਾ ਚੜ ਜਾਂਦਾ ਜਿਵੇਂ ਰਿਸ਼ਤੇਦਾਰ ਮਿਲੇ ਤੇ ਚੜਦਾ ਫਿਰ ਤੇਰਾ 10000 ਖੂਚ ਹੀ ਗਿਆ ਉਹੀ ਗੱਲ ਦੱਸਣ ਲੱਗਿਆ ਇੱਕ ਘੰਨੀ ਤੁਹਾਨੂੰ ਸਮਝ ਲੱਗਦੀ ਮੁੱਢੋਂ ਦੱਸਦਾ ਪਾਲਾ ਛਿੱਟ ਛਿੱਟ ਬਹੁਤੀ ਨਾ ਪਾਇਓ ਇਹਦਾ ਕਿਹੜਾ ਕੋਈ ਲਾਲਚਾ ਨਵਾਂ ਬਈ ਸਾਭ ਮੇਰਾ ਸੁੱਖਾ ਸੁੱਖਾ ਦੁਨੀਆ ਚ ਸਾਰੇ ਪਾਸੇ ਮਿਲ ਜਾਂਦਾ ਚਾਹੇ ਯੂਪੀ ਚਾਹੇ ਪੰਜਾਬ ਤੁਸੀਂ ਕਿਹੜਾ ਭੁੱਲੇ ਹੋਏ ਹੋ ਟਰੱਕਾਂ ਦੇ ਮਾਲਕ ਦੁਨੀਆ ਗਾਹੀ ਆ ਤੁਸੀਂ ਸੁੱਖੇ ਤੋਂ ਜਿਹੜਾ ਸੁੱਖ ਮਿਲਦਾ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲਦਾ ਇਹਨਾਂ ਪੱਤਿਆਂ ਨੂੰ ਹੱਥਾਂ ਨਾਲ ਮਲੋ ਬੱਤੀਆਂ ਲਾਹੋ ਬਣ ਜਾਂਦਾ ਫੰਨੇ ਗਾਂਜਾ ਗਾਂਜਾ ਬੜਾ ਰਾਜਾ ਨਸ਼ਾ ਦਰਖਤ ਦੇ ਪੱਤਿਆਂ ਦੀ ਚਿਲਮ ਬਣਾਓ ਬੀੜੀ ਤੇ ਤਮਾਕੂ ਵਿੱਚ ਗਾਂਜਾ ਰਲਾ ਕੇ ਸੂਟਾ ਮਾਰੋ ਸਵਰਗ ਦਿਸਦਾ ਸਵਰਗ ਜਦੋਂ ਇੰਦਰਾ ਮਾਰੀ ਐ ਉਦੋਂ ਜੱਟ ਦੇ ਝਾੜੇ ਪੰਜਾਬੀ ਦੇ ਘਰ ਕੋਲ 50 ਬੂਟੇ ਸੁੱਕੇ ਤੇ ਖੜੇ ਸੀ ਦਿਹਾਤੀ ਪੰਜਾਬੀਆਂ ਦੇ ਝਾੜੇ ਲੁੱਟਣ ਲੱਗੇ ਅਸੀਂ ਜਾਨਾਂ ਬਚਾ ਕੇ ਭੱਜ ਗਏ ਹੋਰ ਤਾਂ ਉਹਨਾਂ ਜਿਹੜਾ ਲੁੱਟਣਾ ਸੀ ਲੁੱਟਿਆ ਮੇਰੇ ਸਾਲੇ ਮੇਰਾ ਸੁੱਖਾ ਵੀ ਵੱਢ ਕੇ ਲੈ ਗਏ ਬਾਈ ਸਾਹਿਬ ਇਹ ਯੂਪੀ ਬੜੀ ਕਸੂਤੀ ਐ ਇੰਦਰਾ ਨੂੰ ਕਿਸੇ ਨੇ ਮਾਰਿਆ ਸੁੱਖ ਮੇਰਾ ਵੱਢ ਕੇ ਲੈ ਗਏ ਉਹਨਾਂ ਨੂੰ ਮਾਰਨੀ ਸੀ ਧੀਮੀ ਮਾਨੀ ਕਿਸੇ ਦਾ ਘਰ ਬਸਾਉਂਦੀ ਉਹ ਤਾਂ ਬੁੜੀ ਧੀ ਵੀ ਸੀ ਅੱਛਾ ਜੀ ਫੇਰ ਵੀ ਕਿਸੇ ਦਾ ਵਸਦਾ ਘਰ ਕਾਨੂੰ ਉਜਾੜਨਾ ਸੀ ਆ ਜਿਹੜੇ ਲੋਕ ਜਨਾਨੀਆਂ ਨੂੰ ਮਾਰਦੇ ਨੇ ਆ ਲੈਣ ਦੇਣ ਪਿੱਛੇ ਮੈਨੂੰ ਤਾਂ ਵਿਹੋ ਲੱਗਦੇ ਨੇ ਜੇ ਮੈਂ ਦੁਨੀਆ ਦਾ ਰਾਜਾ ਹੋਵਾਂ ਜਨਾਨੀ ਮਾਰਨ ਵਾਲਿਆਂ ਦੇ ਖੁਰਚ ਨੇ ਤੱਤੇ ਕਰ ਕਰ ਲਾਵਾਂ ਹੱਥਾਂ ਤੇ ਪੁੱਛਾਂ ਵੀ ਸਾਲਿਓ ਇਹਨਾਂ ਹੱਥਾਂ ਨਾਲ ਹੀ ਮਾਰਿਆ ਫਿਰ ਹੋਰ ਤਾਂ ਸੀ ਇਹ ਦੇ ਦੇ ਖਤਮ ਕਰਾਂ ਬਾਈ ਸਾਹਿਬ ਮੈਂ ਤਾਂ ਜਨਾਨੀ ਤੇ ਇੱਕ ਵਾਰੀ ਹੱਥ ਚੱਕਿਆ ਉਸੇ ਪਾਪ ਦਾ ਮਾਰਿਆ ਪਿਆ ਅੱਜ ਤੱਕ ਜਨਾਨੀ ਨਹੀਂ ਜੁੜੀ ਹੁਣੇ ਤਾਂ ਕਹਿੰਦਾ ਸੀ ਮੈਂ ਆਪਣੀ ਜਨਾਨੀ ਤੇ 10000 ਭੁਗਿਆ ਉਹ ਵੀ ਦੱਸਦਾ ਭਾਈ ਸਾਹਿਬ ਪਹਿਲਾਂ ਪਾਪ ਵਾਲੀ ਗੱਲ ਤਾਂ ਸੁਣ ਲਓ ਛੋਟੇ ਹੁੰਦਿਆ ਮੈਂ ਬੜਾ ਰਾਜ ਭੋਗਿਆ ਸਾਰੇ ਟੱਬਰ ਦਾ ਲਾਡਲਾ ਸੀ ਤਿੰਨ ਚਾਰ ਜਮਾਤਾਂ ਪੜ੍ਹਿਆ ਪੜ੍ਹਿਆ ਵਿਗਾੜਾ ਸੀ ਬਸ ਉਹੀਂ ਸਕੂਲ ਗੇੜਾ ਮਾਰਨ ਚੱਲਿਆ ਜਾਣਾ ਝੋਲਾ ਚੱਕ ਕੇ ਕਦੇ ਕਿਸੇ ਤੋਂ ਫੱਟੀ ਲਖਾ ਲੈਂਦਾ ਕਦੇ ਕਿਸੇ ਤੋਂ ਆਉਂਦਾ ਮੈਨੂੰ ਇੱਲ ਤੇ ਕੁੱਕੜ ਨਹੀਂ ਸੀ ਇੱਕ ਦਿਨ ਮਾਸਟਰ ਨੇ ਸਾਡੇ ਪਿੰਡ ਵਾਲੇ ਜਾਗਰ ਦੀ ਕੁੜੀ ਨੂੰ ਕੱਛੂ ਤੇ ਸਹੇ ਵਾਲੀ ਕਹਾਣੀ ਪੜਨ ਲਾਤਾ ਆਪ ਕਮਰੇ ਚ ਜਾ ਕੇ ਕੁਰਸੀਆਂ ਜੋੜ ਕੇ ਪੱਖਾ ਚਲਾ ਕੇ ਆਰਾਮ ਨਾਲ ਸੌ ਗਿਆ ਤੇ ਜਾਗਰ ਦੀ ਕੁੜੀ ਕਹਾਣੀ ਪੜ ਕੇ ਕਹਿੰਦੀ ਇਸ ਕਹਾਣੀ ਦਾ ਇਹ ਸਿੱਟਾ ਨਿਕਲਦਾ ਹੈ ਕੱਛੂ ਨੇ ਨਾਰਾ ਮਾਰਿਆ ਹੰਕਾਰਿਆ ਸੁ ਮਾਰਿਆ ਮੈਨੂੰ ਬੜਾ ਗੁੱਸਾ ਆਇਆ ਨਾਰਾ ਸਾਡੇ ਬਾਪੂ ਦਾ ਨਾਂ ਹੈ ਜੀ ਮੈਂ ਉਹਨੂੰ ਕਿਹਾ ਕੱਛੂ ਦੇ ਨਾਰਾ ਨੂਰਾ ਕੋਈ ਨਹੀਂ ਮਾਰਿਆ ਕੱਛੂ ਨੇ ਜਾਗਰ ਮਾਰਿਆ ਮੈਂ ਫੱਟੀ ਮਾਰ ਕੇ ਉਹਦਾ ਸਿਰ ਪਾੜਤਾ ਮੇਰੀ ਸਕੂਲੋਂ ਛੁੱਟੀ ਹੋ ਗਈ ਇਸੇ ਸਰਾਪ ਨੇ ਮੈਨੂੰ ਮਾਰ ਲਿਆ ਤੇ ਪੰਜਾਬ ਚ ਕਿਹੜਾ ਪਿੰਡ ਆ ਤੇਰਾ ਪਿੰਡ ਵੀ ਦੱਸਦਾ ਬਾਈ ਸਾਹਿਬ ਪਾ ਲੋ ਛੱਟ ਛੱਟ ਕਿਸੇ ਮਹਾਪੁਰਸ਼ ਨੇ ਕਿਹਾ ਜਦ ਤੱਕ ਜੀ ਰੱਜ ਕੇ ਪੀ ਜਾਦੂ ਡਗਿਆ ਜੀ ਫਿਰ ਕੌਣ ਕਹੂਗਾ ਪੀ ਪਿਛਾ ਪਿੱਟ ਸਾਡਾ ਖਾਨਪੁਰ ਦਾ ਹੈ ਲੁਧਿਆਣੇ ਕੋਲ ਲਾਣਾ ਬੜਾ ਤਕੜਾ ਸੀ ਚਾਚੇ ਤਾਂ ਅਜੇ ਵੀ ਉਧਰ ਨੇ ਘਰ ਅਜੇ ਪੰਜਾਬ ਚ ਹੈਗਾ ਉਹ ਸੀ ਵੇਚਿਆ ਨਹੀਂ ਲਾਣਾ ਇਕੱਠਾ ਸੀ ਟਰੈਕਟਰ ਸੀ ਸਾਡੇ ਕੋਲ ਮੈਂ ਕਦੇ ਕੰਮ ਨੂੰ ਹੱਥ ਲਾ ਕੇ ਨਹੀਂ ਸੀ ਦੇਖਿਆ ਅੱਡ ਹੋਣ ਨੂੰ ਬਾਪੂ ਹੀ ਤਿੰਗੜਿਆ ਸੀ ਆਪਦੇ ਭਾਈਆਂ ਨੂੰ ਕਹਿੰਦਾ ਤੁਸੀਂ ਪੈਸੇ ਦੀਆਂ ਗੋਜਾਂ ਕਰੀ ਜਾਂਦੇ ਹੋ ਮੇਰੇ ਜਵਾਕਾਂ ਦਾ ਕੁਝ ਬਣਦਾ ਨਹੀਂ ਅੱਡ ਹੋਏ ਤਿੰਨ ਕਿੱਲੇ ਜ਼ਮੀਨ ਹੱਥ ਆਈ ਤੇ ਦੋ ਕਮਰਿਆਂ ਦਾ ਘਰ ਮਰੱਬਾ ਵਾਉਣ ਵਾਲਿਆਂ ਵਾਲਿਆਂ ਤਿੰਨ ਕਿੱਲੇ ਐ ਲੱਗਣ ਜਿਵੇਂ ਕਿਸੇ ਨੂੰ ਮਹਿਲਾਂ ਚੋਂ ਕੱਢ ਕੇ ਮੋਟਰ ਵਾਲੇ ਕਮਰੇ 'ਚ ਬੰਦ ਕਰ ਦਈਏ ਦੋਵੇਂ ਭਾਈ ਅਸੀਂ ਵਿਆਹਣ ਵਾਲੇ ਕੋਈ ਦੇਖਣ ਨਾ ਆਵੇ ਜੀ ਆਵੇ ਤਾਂ ਘਰ ਤੱਕ ਨਾ ਪਹੁੰਚੇ ਲੋਕ ਭਾਨੀ ਮਾਰਦਿਆ ਕਰਨ ਅਖੇ ਡਲੇ ਘਟ ਨੇ ਮੁੰਡੇ ਅਨਪੜ੍ਹ ਨੇ ਆਪਣੇ ਲੋਕ ਵੀ ਸਾਲੇ ਪੁੱਠੇ ਨੇ ਕੁੜੀ ਉੱਥੇ ਦੇਣਗੇ ਜਿਹੜਾ ਲੈਣ ਦੇਣ ਪਿੱਛੇ ਤੰਗ ਕਰੇ ਤੇ ਜਿਹੜਾ ਮੇਰੇ ਅਰਗਾ ਜਨਾਨੀ ਦੇ ਪੈਰ ਤੋਂ ਤੋਪੀੜ ਨੂੰ ਫਿਰੇ ਉੱਥੇ ਨਹੀਂ ਦਿੰਦੇ ਬਾਪੂ ਬੜਦਾ ਨਾਲ ਖੇਤੀ ਕਰੇ ਤਾਂ ਲੋਕ ਟੀਚਰਾਂ ਕਰਨ ਭਾਈ ਬੋਲੀਆਂ ਮਾਰ ਮਾਰ ਚੈਨ ਨਾ ਲੈਣ ਦੇਣ ਕਹਿੰਦੇ ਅੱਡ ਹੋ ਕੇ ਸਾਹ ਬਣ ਗਿਆ ਬਾਪੂ ਕਹਿੰਦਾ ਸਾਹ ਬਣ ਕੇ ਦਿਖਾਉ ਅਸੀਂ ਪਿੰਡ ਜ਼ਮੀਨ ਵੇਚ ਕੇ ਇੱਥੇ ਲੈ ਲਈ ਆ ਮਹਿਲਗੰਜ ਤੋਂ ਤਿੰਨ ਕਿ ਮੀਲ ਦੂਰ ਔਰੰਗਾਬਾਦ ਵਾਲੀ ਸੜਕ ਤੇ ਜਿਵੇਂ ਕਹਿੰਦੇ ਹੁੰਦੇ ਨੇ ਚਾਹੇ ਸਰਾਣੇ ਪਹਿਜਾ ਚਾਹੇ ਪੈਂਦ ਵਿਚਾਲੇ ਆਉਣੇ ਨੇ ਤੇ ਜਿਹੜੀ ਫਸਲ ਪੰਜਾਬ ਤਿੰਨ ਕਿਲਿਆਂ ਚੋਂ ਨਿਕਲਦੀ ਛੇ ਇੱਥੇ ਸੱਤ ਕਿਲਿਆਂ ਚੋਂ ਨਿਕਲਦੀ ਹੈ ਫਿਰ ਇੰਦਰਾ ਮਰੀ ਦਿਹਾਤੀ ਸਾਡੇ ਸੰਦ ਭਾਂਡੇ ਲੁੱਟ ਕੇ ਲੈ ਗਏ ਤਾਂ ਹੀ ਤੋਂ ਮੈਂ ਕਹਿੰਦਾ ਯੂਪੀ ਬੜੀ ਕਸੂਤੀ ਆ ਪੰਜਾਬ ਵੀ ਬਥੇਰਾ ਖਰਾਬ ਆ ਹਾਂਜੀ ਹੈਗਾ ਪੰਜਾਬ ਵੀ ਖਰਾਬ ਪਰ ਇੱਥੇ ਜੇ ਗਾਂਜਾ ਤਮਾਕੂ ਤੇ दारू ਨਾ ਹੋਵੇ ਬੰਦਾ ਅਥਰ ਨੂੰ ਮਰ ਜੇ ਆ ਪਾਲੋ ਦੋ ਦੋ ਛਟਾਂ ਸਾਲਾ ਹਲਕ ਜਿਹਾ ਸੁੱਕ ਗਿਆ ਬਾਈ ਸਾਹਿਬ ਕਹਿੰਦੇ ਨੇ ਰਾਮ ਵੇਲੇ ਦੁੱਧ ਸੀ ਕ੍ਰਿਸ਼ਨ ਵੇਲੇ ਕੀ ਅੱਜ ਕੱਲ ਤਾਂ ਦਾਰੂ ਐ ਰੱਜ ਰੱਜ ਕੇ ਪੀ ਓਹ ਭਾਈ ਸਾਹਿਬ ਦਾਰੂ ਤਾਂ ਰਾਮ ਵੇਲੇ ਵੀ ਹੁੰਦੀ ਹੋਣੀ ਐ ਨਹੀਂ ਤਾਂ 12 ਸਾਲ ਜੰਗਲਾਂ ਚ ਬਨਵਾਸ ਕੱਟਣਾ ਕਿਹੜਾ ਸੌਖਾ ਐ ਪਰ ਇੱਕ ਗੱਲ ਹੈਗੀ ਜਨਾਨੀ ਉਹਦੇ ਨਾਲ ਸੀ ਜਨਾਨੀ ਨਾਲ ਹੋਵੇ ਤਾਂ ਬੰਦਾ ਨਰਕਾਂ ਚ ਵੀ ਰਹਿ ਸਕਦਾ ਐ ਯੂਪੀ ਵੀ ਸਾਲੀ ਬਨਵਾਸ ਐ ਮੇਰਾ ਭਾਈ ਸਾਹਿਬ ਮੈਨੂੰ ਸਾਰਾ ਪਤਾ ਹੈ ਕਿਵੇਂ ਰਾਤਾਂ ਝਾਕ-ਝਾਕ ਪੈਸਾ ਬਣਾਉਂਦੇ ਹੋ ਮੇਰਾ ਛੋਟਾ ਭਾਈ ਵੀ ਟਰੱਕ ਚਲਾਉਂਦਾ ਹੈ ਜਨਾਨੀ ਉਹਨੂੰ ਵੀ ਨਹੀਂ ਜੁੜੀ ਪਰ ਉਹ ਪੱਟੂ ਹੈ ਸਿਤਾਪੁਰ ਬਾਜ਼ਾਰ ਚ ਢੇੜਾ ਮਾਰ ਆਉਂਦਾ ਇੱਕ ਦੋ ਵਾਰ ਮੈਨੂੰ ਵੀ ਲੈ ਕੇ ਗਿਆ ਮੈਂ ਉਹਨੂੰ ਕਿਹਾ ਛੋਟੇ ਭਾਈ ਮੈਂ ਤੇਰਾ ਦੇਣ ਕਿੱਥੋਂ ਦੇਵਾਂ ਆ ਤਾਂ ਸਵਰਗ ਚ ਲਿਆਵਾੜਿਆ ਤੁਸੀਂ ਯਕੀਨ ਨਹੀਂ ਮੰਨਣਾ ਇੱਥੇ ਆਪਾਂ ਜਨਾਨੀਆਂ ਨੂੰ ਤਰਸਦੇ ਆਂ ਉੱਥੇ ਜਨਾਨੀਆਂ ਹਾਕਾਂ ਮਾਰਦੀਆਂ ਨੇ ਪਰ ਤੁਸੀਂ ਕਿਹੜਾ ਭੁੱਲੇ ਹੋਏ ਹੋ ਦੁਨੀਆ ਗਾਹੀ ਹੈ ਦੁਨੀਆ ਗਾਉਣ ਨੂੰ ਅਸੀਂ ਮਾੜੇ ਚੰਗੇ ਥਾਂ ਫਿਰਦੇ ਆਂ ਉਹ ਤੁਸੀਂ ਤਾਂ ਐਵੇਂ ਗੁੱਸਾ ਕਰਗੇ ਮੈਂ ਇਹ ਥੋੜਾ ਕਹਣਾ ਵੀ ਤੁਸੀਂ ਮਾੜੇ ਥਾਂ ਜਾਂਦੇ ਹੋ ਨਾਲੇ ਉਹ ਤਾਂ ਮਾੜਾ ਥਾਂ ਹੋ ਹੀ ਨਹੀਂ ਸਕਦਾ ਮਾੜਾ ਥਾਂ ਤਾਂ ਸਾਡੇ ਸਾਡਾ ਝਾਲਾ ਜਿੱਥੇ ਜਨਾਨੀ ਨੂੰ ਤਰਸੀ ਰਹ ਆਪਾਂ ਤਾਂ ਹੋਰ ਹੀ ਬਾਣੀ ਪੈ ਗਈ ਅਜੇ ਬੋਤਲ ਵੀ ਸਿਰੇ ਨਹੀਂ ਲੱਗੀ ਐਸ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ ਆਹੀ ਆ ਜਿਹੜਾ ਖਾ ਪੀ ਜਾਣਾ ਆ ਪਿੱਛੇ ਜੇ ਸਾਡੀ ਬੁੜੀ ਚੱਲਣ ਲੱਗੀ ਸੀ ਬਹੁਤੀ ਉਹ ਬਿਮਾਰ ਹੋ ਗਈ ਕੇਰਾ ਤਾਂ ਐ ਲੱਗੇ ਵੀ ਹੁਣ ਨਹੀਂ ਬਚਦੀ ਮੈਂ ਕਿਹਾ ਬੀਬੀ ਜੇ ਅੱਜ ਤੇਰੀ ਨੂੰ ਹੁੰਦੀ ਤਾਂ ਸੇਵਾ ਕਰਦੀ ਹੁਣ ਮਰ ਹੱਡੀ ਅੱਡੀਆਂ ਰਗੜ ਰਗੜ ਕੇ ਇੱਕ ਬੈਠੇ ਬੜੇ ਕਸੂਤੇ ਥਾਂ ਤੇ ਆ ਕੋਈ ਔਂਗਨ ਸਾਖ ਕੋ ਕੋ ਤੱਕ ਕੋਈ ਘਰ ਨਹੀਂ ਇੱਥੇ ਤਾਂ ਬਾਈ ਸਾਹਿਬ ਜੇ ਜਨਾਨੀ ਇਹ ਤਾਂ ਬਾਈ ਸਾਹਿਬ ਜੇ ਜਨਾਨੀ ਦੇਖਣ ਨੂੰ ਤਰਸਦੇ ਹੋਈਏ ਤਾਂ ਮਹਿਲ ਗੰਜ ਆਉਣਾ ਪੈਂਦਾ ਸਬੱਬੀ ਪੰਜਾਬ ਚ ਪਤਾ ਲੱਗਿਆ ਚਾਚਾ ਚਾਚੀ ਖਬਰ ਲੈਣ ਆ ਗਏ ਉਂਜੀ ਖਬਰ ਵੀ ਕਾਦੀ ਲੈਣ ਆਏ ਸੀ ਸਾਡੇ ਖਾਨਪੁਰ ਵਾਲੇ ਘਰ ਦੀ ਚਾਬੀ ਲੈਣ ਆਏ ਸੀ ਵੀ ਅਸੀਂ ਵਰਤਾਂਗੇ ਚੱਚੀ ਵੱਡੇ ਵੱਡੇ ਗਪੌੜੇ ਮਾਰੀ ਜਾਵੇ ਓਕੇ ਭੈਣ ਜੀ ਤੂੰ ਤਾਂ ਜਮਾਂ ਹੀ ਬੀਤ ਗਈ ਪੰਜਾਬ ਚੱਲ ਉੱਥੇ ਤੇਰਾ ਇਲਾਜ ਕਰਾਵਾਂਗੇ ਇੱਥੇ ਡਾਕਟਰ ਨਹੀਂ ਚੰਗੇ ਬੀੜੀਆਂ ਪੀਣੇ ਜਿਹੇ ਨਾਲੇ ਅੱਖਾਂ ਦਾ ਇਲਾਜ ਕਰਵਾ ਜੇ ਅੱਖੋਂ ਮੁਨਾਖੀ ਕਿਸੇ ਨਹੀਂ ਪੁੱਛਣਾ ਬੰਦਾ ਉੰਨਾ ਚਿਰ ਜਿਉਂਦਾ ਰਹੇ ਜਦ ਤੱਕ ਆਪਣੀ ਕਿਰਿਆ ਆਪ ਸੋਧ ਸਕੇ ਰੱਬ ਕਿਸੇ ਦੇ ਪਰਨੇ ਤਾਂ ਪਾਵੇ ਨਾ ਧੰਨਵਾਦ ਚੱਲਦਾ